ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਰਾਜਨ ਸ਼ਰਮਾ ਨਾਂ ਦਾ ਤੇ ਇੱਕ ਪਿੱਪਲ ਨਾਂ ਦਾ ਦੋ ਲੜਕੇ ਨੇ ਜਿਹੜੇ ਵੈਪਨ ਬਣਾ ਰਹੇ ਨੇ ਬੜੀ ਸਪੈਸੀਫਿਕ ਇਨਫੋਰਮੇਸ਼ਨ ਸੀ ਜਿਸ 'ਤੇ ਕੇਸ ਰਜਿਸਟਰ ਕਰਕੇ ਉਹਦੇ 'ਤੇ ਰੇਡ ਕੀਤੇ ਗਏ ਜਿਹੜੇ ਦੋਵੇਂ ਮੁਲਜ਼ਮ ਜਿਹੜੇ ਨੇ ਫੜੇ ਗਏ ਨੇ ਦੋਨਾਂ ਕੋਲੋਂ ਤਕਰੀਬਨ 5 ਪਿਸਟਲ ਰਿਕਵਰ ਹੋਏ ਨੇ 12 ਬੋਰ ਦੇ 32 ਬੋਰ ਦੇ ਲਾਈਵ ਕੈਟਰੇਜ ਰਿਕਵਰ ਹੋਏ ਨੇ ਜਿਨ੍ਹਾਂ ਦੋਨਾਂ ਨੂੰ ਇਸ ਕੇਸ 'ਚ ਅਰੈਸਟ ਕੀਤਾ ਗਿਆ ਅੱਜ ਇਹਨਾਂ ਨੂੰ ਕੋਰਟ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹਨਾਂ ਨੇ ਜਿਹੜੀ ਇਹ ਟੈਕਨੋਲੋਜੀ ਦੀ ਗੱਲ ਕਰੀ ਹੈ ਵੀ ਕਿੱਥੋਂ ਲਏ ਨੇ ਕਿਵੇਂ ਸਿੱਖਿਆ ਇਹ ਜੋ ਇਹਨਾਂ ਦੀ ਪੁੱਛਗਿੱਛ ਆਇਆ ਵੀ ਯੂਟਿਊਬ 'ਤੇ ਇਹਨਾਂ ਦੇਖਿਆ ਸੀ ਵੀ ਉਹਦੇ ਬਣਾਉਣ ਦਾ ਕੀ ਤਰੀਕਾ ਉਹਦੇ ਤੋਂ ਸ਼ੁਰੂ ਕਰਕੇ ਇਹਨਾਂ ਬਣਾਉਣਾ ਸ਼ੁਰੂ ਕਰਤਾ ਇੱਕ ਇਹਨਾਂ ਦੀ ਜਿਹੜਾ ਪ੍ਰਿਤਪਾਲ ਹੈ ਉਹਦੀ ਬੀਕੋ ਕੰਪਲੈਕਸ ਦੇ ਲੱਗੇ ਉਹਦੀ ਫੈਕਟਰੀ ਹੈ ਕੁਛ ਜਿਹੜਾ ਉਹਦੀਆਂ ਉੱਥੇ ਡਿਲਿੰਗ ਮਸ਼ੀਨ ਨੇ ਵੱਡੇ ਖਰਾਬ ਦੇ ਕੰਮ ਹੈ ਉੱਥੇ ਇਹਦੀ ਮੋਲਡਿੰਗ ਜਾਂ ਉਹਦੀ ਸ਼ੇਕ ਵਗੈਰਾ ਉੱਥੇ ਕਰਦੇ ਰਹੇ ਨੇ ਜਿਹੜਾ ਬਾਕੀ ਬਰੀਕੀ ਦਾ ਕੰਮ ਸੀ ਉਹ ਰਾਜਨ ਸ਼ਰਮਾ ਦੀ ਸ਼ੌਪ 'ਚ ਕਰਦੇ ਰਹੇ ਨੇ ਜਿਹੜੀ ਉਹ ਲੈਪਟੋਪ ਟੈਕਨੀਸ਼ੀਅਨ ਹੈ ਲੈਪਟੋਪ ਠੀਕ ਕਰਦਾ ਉੱਥੇ ਉਹਨੇ ਇੱਕ ਤਰ੍ਹਾਂ ਦੀ ਡਰਿੱਲ ਦਾ ਸਟੈਂਡ ਬਣਾ ਕੇ ਇੱਕ ਮਸ਼ੀਨ ਤਿਆਰ ਕੀਤੀ ਸੀ ਜਿਹਦੇ ਨਾਲ ਸਾਰੀ ਕਟਾਈ ਕਰਕੇ ਅਤੇ ਪੋਲਿਸ਼ ਕਰਦਾ ਰਿਹਾ